ਹੁਣ ਦੱਸੋ ਜੀ ਕੀ ਬਸ ਜੀ ਆਹ ਅਸੀਂ ਲੱਡੂ ਫੇਰਦੇ ਆ ਜੀ ਜੱਥੇ ਦਾ ਅਮਰਿੰਦਰ ਸਿੰਘ ਅਮਰਿੰਦਰ ਦੇ ਬੇਟੇ ਦੇ ਲੱਡੂ ਨੇ ਅੱਛਾ ਜੀ ਬਾਹਰ ਹੋਏ ਆ ਨਾਲੇ ਬੇਟਾ ਓਕੇ ਓਕੇ ਅਸਲੀਅਤ ਨੇ ਦਵਾਉਣਗੇ ਆਪਾਂ ਲੋਹੜੀ ਮਨਾਵਾਂਗੇ ਹੁਣ ਆਪਾਂ ਪਿੰਡ ਦੇ ਵਿੱਚ ਲੱਡੂ ਫੇਰਦੀਏ ਠੀਕ ਆ ਜੀ ਠੀਕ ਆ ਵਧੀਆ ਜੀ ਲੱਡੂ ਪਹਿਲਾਂ ਫੜਾਤੇ ਹਾਂ ਜੀ ਇਹਨਾਂ ਨੇ ਸਾਡੀ ਵੀਡੀਓ ਦੇਖੀ ਪਹਿਲਾਂ ਨਾ ਉਹ ਬਲਜੀਤ ਆਂਟੀ ਕਿੱਥੇ ਗਏ ਉਹਨਾਂ ਹਾਂ ਉਹਨ ਉਹ ਭੁੱਲ ਗਏ ਸੀਗੇ ਉਸ ਦਿਨ ਤਾਂ ਕਰਕੇ ਫਿਰ ਇਹਨਾਂ ਨੇ ਸਪੈਸ਼ਲ ਕਿਹਾ ਕਿ चलो जी सारे लोहड़ी दी बहुत बहुत बधाई जी ओके जी चल खिचदा कि खिचदा जिम्मे बल्द नहीं पूरे लगे होंगे जोर ला के खिच पुत जोर लग होर अंगद वर्गी अम्मी है ना अंगद चल तू भी ना तू तो चल ऐसी बात बोली इधर नू कर लो चलो अंशा अंगद नाल भी पाला बोली अंगद नू भी नचा दे नाल राय कर दिया ने भी केड़ी बात अंशु तो जदी चली जांदी है हां डैडी जी ना कुछ दसदा डैडी जी ओनू उपर इशारे करके छोटी दादी नू बुलांदा चलो डैडी ये कुड़िया कहना जो असि एडे गए मम्मी सानू मैं तो हजे भी नहीं आता इन्ना वधिया है गिद्दा पाउंदी अरे बोली आउंदे जमे ही नहीं आउंदे सी डैडी हां जी डैडी साडे स्कूल च कोई फंक्शन नहीं डैडी हुंदा हुंदा सी स्कूलां च बच्चे बहुत सिख जांदे ने ਉਹ ਤਾਂ ਅੰਗਦ ਦੀ ਭੈਣ ਲੱਗਦੀ ਹੈ ਨਿਜਾ ਅੰਗਦ ਦੇਖੀ ਅਰੇ ਕਿੱਦਾਂ ਹੋਦਾ ਤੇਰੀ ਮੇਰੀ ਹੋ ਕਿਵੇਂ ਆਉਂਦੀਆਂ ਨੇ ਤੇਰੀ ਮੇਰੀ ਹੋ ਗਈ ਲੜ ਤੁੰਨਾ ਲੜਦੇ ਲੀਲਾ ਨੀ ਜੇ ਤੂੰ ਜੱਟਾਂ ਦਾ ਮੁੰਡਾ ਮੈਂ
ਗੱਲੀਆਂ ਯਾਦ ਕਰੀ ਫਿਰਦੀਆਂ ਨੇ ਸ਼ਾਬਾਸ਼ ਇਹ ਤੁਸੀਂ ਸਕੂਲ ਚੋਂ ਸਿੱਖੀਆਂ ਨੇ ਵੱਡਿਆਂ ਵਾਂਗੂ ਰਾਏ ਕਰਦੀਆਂ ਨੇ ਨਾ ਮੰਮੀ ਵੀ ਆਹ ਪਾਉਣੇ ਆ ਨੀ ਪੈਰੇ ਆਹ ਪਾਉਣੇ ਆ ਜਾਮਾ ਮੋਢੇ ਤੇ हां किवें करदी ओ ऐ करती आ ए आ जा फिर तू नाल आ जा राजदीप ਅੰਸ਼ ਦਾ ਬੈਗ ਚੱਕ ਲਿਆ ਆ ਡੈਡੀ ਇਹ ਅੰਸ਼ ਨੂੰ ਜਾਣਦਾ ਜਿਹਦੇ ਪਿੰਕ ਸੂਟ ਪਾਇਆ ਇਹ ਖੇਡਣ ਆਉਂਦੀ ਹੁੰਦੀ ਆ ਇਹਦੇ ਨਾਲ ਤਾਂ ਕਰਕੇ ਸਿਰਫ ਅੰਸ਼ ਦਾ ਹੀ ਹੱਥ ਵੜਦਾ ਦੀਦੀ ਵਾਪਸ ਲੈ ਲਓ ਦੇ ਦੋ ਪੁੱਤ ਤੁਸੀਂ ਬੈਗ ਵਾਪਸ ਕਰ ਦੋ ਅੰਸ਼ ਨੂੰ ਦੇ ਦੋ ਪੈਸੇ ਕੱਢ ਕੇ ਦੇ ਦੇ ਫਿਰ ਮੈਨੂੰ ਦੀਦੀ ਦੇ ਚਲੋ ਜੀ ਥੈਂਕ ਯੂ